ਜੀ ਕਿਦਾਂ ਹਾਲ ਚਾਲ ਸਾਰਿਆਂ ਦਾ ਵੈਲਕਮ ਕਰਦੇ ਆ ਆਪਣੇ ਚੈਨਲ ਤਤਲਾ ਵਲੌਗਸ ਤੇ ਅੱਜ ਜਿਹੜਾ ਵੀਡੀਓ ਆਪਾਂ ਲੈ ਕੇ ਆਏ ਆ ਵਾਵਾ ਚਿਰ ਹੋ ਗਿਆ ਸੀ ਕਾਮੇਡੀ ਸੀਨ ਜਿਹੜੇ ਨੇ ਉਹ ਆਪਾਂ ਨਹੀਂ ਸਣ ਵੇਖੇ ਤੇ ਅੱਜ ਆਪਾਂ ਵੇਖਾਂਗੇ ਕਾਮੇਡੀ ਸੀਨ ਸਾਡੇ ਕਾਫੀ ਮਿੱਤਰ ਵੀ ਕਹਿੰਦੇ ਪਏ ਸੀ ਯਾਰ ਤੁਸੀਂ ਛੱਡੀ ਛੱਡਣੇ ਵਿੱਚ ਵੀ ਯਾਰ ਤੁਸੀਂ ਮਤਲਬ ਸਾਨੂੰ ਮਤਲਬ ਕਾਫੀ ਨਾ ਪਿਛਲਾ ਜਿਹੜਾ ਆਪਣਾ ਸੀਜ਼ਨ ਰਿਹਾ ਹੈ ਐਕਚੁਅਲੀ ਸਿੱਧੂ ਮੂਸੇ ਵਾਲਾ ਜਦੋਂ ਤੋਂ ਉਹਨਾਂ ਦੀ ਡੈਥ ਹੋਈ ਉਸ ਤੋਂ ਬਾਅਦ ਤੱਕ ਅਸੀਂ ਅੱਜ ਤੱਕ ਕੋਈ ਵੀ ਕਾਮੇਡੀ ਸੀਨ ਜਿਹੜਾ ਹੈ ਨਾ ਉਹਦੇ ਤੇ ਰਿਐਕਟ ਨਹੀਂ ਕੀਤਾ ਤੇ ਹੁਣ ਰਿਕੁਐਸਟਾਂ ਆਉਣ ਡਈਆਂ ਸਨ ਸਾਡਾ ਮਤਲਬ ਆਪਣਾ ਦਿਲ ਨਹੀਂ ਕੀਤਾ ਕਿ ਯਾਰ ਅਸੀਂ ਕਾਮੇਡੀ ਦੇ ਉੱਤੇ ਮਤਲਬ ਕੀ ਕਰੀਏ ਯਾਰ ਤੇ ਫਿਰ ਹੁਣ ਰਿਕੁਐਸਟਾਂ ਆਉਣ ਡਈਆਂ ਨੇ ਕਿ ਯਾਰ ਕਾਮੇਡੀ ਸੀਨ ਵੀ ਤੁਸੀਂ ਦੁਬਾਰਾ ਸਟਾਰਟ ਕਰੋ ਤੇ ਜਿਵੇਂ ਪਹਿਲੇ ਉਹਨਾਂ ਤੇ ਰਿਐਕਟ ਕਰਦੇ ਸੋ ਵਧੀਆ ਲੱਗਦਾ ਸੀ ਤੇ ਤੁਸੀਂ ਕਾਮੇਡੀ ਵੀ ਕਰੋ ਨਾਲ ਤੇ ਆਪਾਂ ਜਿਹੜਾ ਹੁਣ ਕਾਮੇਡੀ ਸੀਨ ਆ ਜਿਹੜਾ ਵੇਖਣ ਚੱਲੇ ਹਾਂ ਉਹ ਹੈ ਜੀ ਕਰਮਜੀਤ ਅਨਮੋਲ ਉਹਨਾਂ ਦੇ ਬੈਸਟ ਕਾਮੇਡੀ ਸੀਨ ਨੇ ਤੇ ਪਲੇ ਕਰੀਏ ਫਿਰ ਬਿਲਕੁਲ ਜੀ ਬਿਲਕੁਲ ਬਣਦੇ ਬਾਕੀ ਜਿਹੜੇ ਵੀਰੇ ਪਹਿਲੀ ਵਾਰੀ ਆਏ ਉਹ ਕਰੋ ਸਬਸਕ੍ਰਾਈਬ ਚੈਨਲ ਨੂੰ ਤੇ ਵੇਖੋ ਸਾਡੇ ਨਾਲ ਤੁਸੀਂ ਮੁਰਗੀਆਂ ਨੂੰ ਛੱਡੋ ਜੀ ਉਹ ਬੱਠਾ ਆਪੇ ਸਾਂਭ ਲੂਗਾ ਆ ਸ਼ਿੰਗਾਰਾ ਮਠਾਈ ਦਾ ਡੱਬਾ ਕਾਤੇ ਚੱਕੀ ਫਿਰਦਾ ਖੁਸ਼ਖਬਰੀ ਹੋਣੀ ਬੇਬੇ ਖੁਸ਼ਖਬਰੀ ਕਾਦੀ ਉਹਦੇ ਕੀ ਇਸ ਉਮਰ ਚ ਮੁੰਡਾ ਜੰਮਿਆ ਬੇਬੇ ਤੁਸੀਂ ਉਹਦੀ ਮਿਠਾਈ ਨਾ ਖਾਇਓ ਉਹ ਮੰਮੀ ਜੀ ਦਾ ਚਮਚਾ ਹੈ ਮੈਨੂੰ ਲੱਗਦਾ ਉਹ ਜਾਣ ਕੇ ਮਿਠਾਈ ਲੈ ਕੇ ਆਇਆ ਤਾਂ ਕਿ ਤੁਹਾਡੀ ਸ਼ੂਗਰ ਵੱਧ ਜਾਏ ਲੈ ਬੇਬੇ ਨੂੰ ਸ਼ੂਗਰ ਹੈ ਮੱਥਾ ਟੇਕਦਾ ਬੇਬੇ ਮੈਨੂੰ ਤੁਸੀਂ ਦੱਸਿਆ ਹੀ ਨਹੀਂ ਲੈ ਸ਼ੂਗਰ ਦਾ ਤਾਂ ਮੇਰੇ ਕੋਲ ਜਮਾ ਹੀ ਪੱਕਾ ਇਲਾਜ ਹੈ ਸਵੇਰੇ ਸਵੇਰੇ ਨਿਰਨੇ ਕਾਲਜੇ ਤਿੰਨ ਕਰੇਲੇ ਗੁੜ ਦੇ ਨਾਲ ਖਾਓ ਉਸ ਤੋਂ ਬਾਅਦ ਦੁਪਹਿਰੇ ਦੁਪਹਿਰੇ ਕੀ ਵੀਰ ਜੀ ਦੁਪਹਿਰੇ ਪਤਾ ਨਹੀਂ ਜਲੇਬੀ ਦੇ ਨਾਲ ਸ਼ਾਇਦ ਭਿੰਡੀਆਂ ਦਸੀਆਂ ਨੇ ਤੂੰ ਰਹਿਣ ਦੇ ਆਪਣੀ ਵਕੀਲਗਰੀ ਕਰ ਵੈਦਗੀ ਕਰਨ ਦੀ ਲੋੜ ਨਹੀਂ ਤੈਨੂੰ ਵੀਰ ਜੀ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲੈ ਕੇ ਆਈ ਥੋੜਾ ਮਿੱਠਾ ਘੱਟ ਰੱਖਿਓ ਵੀਰ ਜੀ ਧੌਣ ਜੀ ਕਿਉਂ ਕੜਾਈ ਫਿਰਦੇ ਹੋ ਨਾਰਮਲ ਨਹੀਂ ਬੋਲ ਹੁੰਦਾ ਉਹ ਕਈ ਵਾਰੀ ਮੈਨੂੰ ਯਾਦ ਆ ਜਾਂਦਾ ਵੀ ਮੈਂ ਵਕੀਲ ਵੀ ਹਾਂ ਚਲੋ ਮੈਂ ਆਈ ਬੇਬੇ ਆ ਕਾਲਾ ਨਾ ਕਿਉਂ ਫਿਰਦਾ ਇੱਥੇ ਕਿਤੇ ਤੁਹਾਡੀਆਂ ਮੁਰਗੀਆਂ ਨੂੰ ਇੰਨਾ ਡੰਗ ਮਾਰ ਜੇ ਇਹੋ ਜਿਹੇ ਬੰਦੇ ਨੂੰ ਕੋਈ ਦੇਣੀ ਨੀ ਟੱਪਣ ਦਿੰਦਾ ਇਹ ਇਹਨੂੰ ਅੰਦਰ ਬਿਠਾਈ ਖੜੇ ਨੇ ਮੈਂ ਤਾਂ ਫਟਕਣ ਨਹੀਂ ਦਿੰਦੀ ਇਹ ਤੇਜ ਕੌਰ ਹੀ ਹੈ ਇਹਨੇ ਵੀਰਾ ਜੀ ਕਹਿ ਕੇ ਸਿਰ ਚੜਾ ਲਿਆ ਚੱਲ ਤੂੰ ਤਾਂ ਅਜਿਹੇ ਜਿਹਾ ਵੀ ਹੈ ਸਾਡਾ ਰਿਸ਼ਤੇਦਾਰ ਤਾਂ ਹੈ ਸਾਡਾ ਕਿਤੇ ਢੇਕਾ ਲੱਗਦਾ ਆ ਮਾਸੀ ਪਤਾ ਨਹੀਂ ਕੀ ਠੀਕ ਹੈ ਜੀ ਕਰਾਂਗੇ ਹਟਦੀ ਨਹੀਂ ਜਮੇ ਠੀਕ ਹੈ ਕਿਆ ਆਲੋ ਚਾ ਨਵੀਂ ਨਹੀਂ ਦਿਸ ਰਿਹਾ ਕਿਤੇ ਵੀਰ ਜੀ ਉਹ ਤਾਂ ਕੱਲ੍ਹ ਸਵੇਰੇ ਕਾਲਜ ਨਿਕਲ ਗਿਆ ਸੀ ਕਾਲਜ ਨਿਕਲ ਗਿਆ ਤਾਂ ਠੀਕ ਹੈ ਇਸ ਉਮਰ 'ਚ ਮੁੰਡੇ ਹੱਥੋਂ ਵੀ ਨਿਕਲ ਜਾਂਦੇ ਹੁੰਦੇ ਆ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ ਮੈਂ ਤਾਂ ਕਹਿੰਦਾ ਹੁਣ ਉਹਦੀ ਉਮਰ ਹੋ ਗਈ ਕੋਈ ਰਿਸ਼ਤਾ ਰੁਸ਼ਤਾ ਵੇਖੋ ਯਾਰ ਕਮਾਲ ਹੋ ਗਈ ਹੈ ਆ ਮੈਨੂੰ ਕਚਹਿਰੀ ਘੱਟ ਲੱਗਦੀ ਆ ਸਬਜ਼ੀ ਮੰਡੀ ਜ਼ਿਆਦਾ ਲੱਗਣ ਡਈ ਆ ਉਹ 150 ਕੇਸਾਂ ਵਿੱਚੋਂ 140 ਕੇਸਾਂ ਦਾ ਮੌਕੇ ਤੇ ਨਿਪਟਾਰਾ ਕਰਨ ਵਾਲੇ ਉਹ ਤਜਰਬੇ ਕਾਰ ਵਕੀਲ ਨੂੰ ਉਹ ਅੱਡਾ ਲਾਉਣ ਲਈ ਜਗ੍ਹਾ ਨਾ ਮਿਲੇ ਲੱਖ ਲਾਂਤਾ ਬਈ ਇਸ ਕੰਟਰੀ ਦਾ ਤਾਂ ਰੱਬ ਹੀ ਰੱਖਾ ਹੈ ਓ ਮਾਈ ਗੋਡ ਉਹ ਬੂਟਿਆ ਉਹ ਜਗ੍ਹਾ ਹੈਗੀ ਇਸ ਤੋਂ ਪਹਿਲਾਂ ਕੋਈ ਜਗ੍ਹਾ ਮਿਲਕੇ ਇੱਦਾਂ ਨਾ ਜਾ ਤੂੰ ਕਿ ਤੇਰੀ ਕਿਸਮਤ ਢੱਡੀ ਆ ਲਾ ਬੂਟਿਆ ਸਕੂਟਰ ਦਾ ਸਟੈਂਡ ਫਿਰ ਆਪ ਹੋ ਸਟੈਂਡ ਆ ਲੈ ਪਹਿਲਾਂ ਤਾਂ ਆਪਣੀ ਦੁਕਾਨ ਸਜਾਈਏ ਫਿਰ ਆਪਾਂ ਬਾਅਦ 'ਚ ਆਪਾਂ ਨੂੰ ਸਜਾਵਾਂਗੇ ਆਪਣੇ ਆਪ ਨੂੰ ਇਹ ਹੱਲ ਹੈ ਇਹ ਵਾਹ ਮਿੱਤਰਾਂ ਦੀ ਜੱਤਰੀ ਤੋਂ ਉੱਡ ਗਈ ਅੰਬਰਦ ਉਹ ਆਪਣੇ ਛੱਡੂ ਮਰ ਜਾ ਆਈ ਇੱਧਰ ਓ ਬਾਈ ਲੈ ਆ ਤਾਂ ਮੈਂ ਪੂਰਾ ਹੀ ਗਿਆ ਹੁਣ ਤੂੰ ਮੈਨੂੰ ਇਹ ਦੱਸ ਤੈਨੂੰ ਮੇਰਾ ਨਾਂ ਕਿਹਨੇ ਦੱਸਿਆ ਓ ਪਤੰਦਰਾ ਓ ਤੂੰ ਤਾਂ ਕਚਹਿਰੀ 'ਚ ਪੂਰਾ ਵਰਲਡ ਫੇਮਸ ਆ ਓ ਘੰਟੀਆਂ ਵੱਜੀਆਂ ਤੇ ਅੰਦਰ ਨੂੰ ਭੱਜਦੇ ਕੇ ਸਾਰੇ ਛਤਰੀ ਥੱਲੇ ਸਾਲ ਹੋਣਗੇ ਜਕਾਰਾ ਛੱਡਿਆ ਉਹ ਬੂਟਿਆ ਪਹਿਲੇ ਦਿਨ ਹੀ ਇੰਨੇ ਸਤਿਕਾਰ ਨਾਲ ਬੋਣੀ ਕਮਾਲ ਹੀ ਹੋ ਗਿਆ ਓਏ ਬੰਦਾ ਵੀ ਘੈਂਟਾ ਉਹ ਜਿਹਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਇੰਨਾ ਸਾਹ ਚੜ ਗਿਆ ਓਏ ਦੇਖਿਆ ਛੋਟੂ ਆਪਣੇ ਕਲਾਇੰਟ ਕਿੰਨੇ ਸਿਆਣੇ ਨੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਬੁਲਾਉਂਦੇ ਯੋਗਾ ਕਰ ਲੈਂਦੇ ਨੇ ਦੇਖ ਕੇ ਮੈਂ ਧੁਰ ਅੰਦਰੋਂ ਬੁਲਾਈ ਸੀ ਸਤਿ ਸ਼੍ਰੀ ਅਕਾਲ ਚਾਹ ਪਾਣੀ ਪੁੱਛਿਆ ਉਹਨੂੰ ਵੈਸੇ ਮੈਨੂੰ ਪਾਰਟੀ ਠੀਕ ਲੱਗਦੀ ਹੈ ਅੱਧਾ ਕੇਸ ਦਾ ਸਮਾਨ ਤਾਂ ਨਾਲ ਹੀ ਲਈ ਫਿਰਦਾ
केस दी केड़ी गल करदे हो सर, वो तो आपदे उठन बैठन दा समान भी नाल ही ले फिरदा। चल बुला फिर उहनूं। ठीक है सर। ओ बाई जी आ जाओ, कंगूड़ा साहब बुला रहे ने। तू चल आ, तां साहब च आ गया बूटा तेरे होए। हुण इह मैनूं कहूगा आ केस बड़ा उलझ गया। ए बूटा जी तुसीं हल करो। खिचो त्यार करो बूटिया। आ जाओ भाजी बैठो। अच्छा किन्ना क पुराना केस है भाई साहब? केस तो तुम मैं अजे दस नहीं। वैसे मैं फौजदारी केस दे 31,000 रुपया लेना, तलाक का मैं 11,000 रुपया, तो जिथे गा खड़ जाए मैं जान नहीं दिता। वैसे काफी तजर्बा इस लाइन का थोनू भी, अद्धे वकील तो तुम बड़े पे। और भाई साहब अद्धा वकील ही मैं पूरा वकील हाँ, एडवोकेट बूटा सिंह। छोटू कडो इन बहार इतो चका टिड फोड़ी पतंत्र अपने शरीक जमन फिर चाह कैंसल कर दे सप्पा नु थोड़ा दुध पीना सी। चल निकल इतो। गल सुन 140 केस हल कीते गल्ला मारदा, बाकी 200 केसां दा मैं मोढे दा भार चक्की फिरदा। ओ तेरे मोढे ते तेरे अपने अपने कोर्ट का भार नहीं चक सकते, 200 केसां दा किवें चक लैणगे। निकल बाहर करदा बगाड़ी दी नहीं हुंदी, समझ गल। गल सुन, जे तेरे साहब को केस लोड नहीं आउंदा ना, तू केस इधर ले आ, छतरी दे थले बैठ के करिया करांगे सॉल्व। गल सुन, नाले जिन्ने केस आउंदे आ तेरे करके आउंदे आ, ओदे पल्ले दा टट्टू नहीं। दस हुण समझिया कि नहीं? दाने भी अद्धो अद्धी, बाकी तू समझदार बहुत है। ऐ आ लै शगन, ओ कमाइयां तां पुत हुंदियां रहणियां, पूरा हरामी। आ गया बुड्ढा तेरा साहब जो लोट आ गया वे, लोट आ गया। ओ तेरे आप दे डैडी दा की नाम है? पिंदा। ओ यार मैं गुआंढियां दा नहीं पुछ रिहा। ओ छोटू आ देखी तां कौन खड़ा गया बाइक सामने, इनू क्या परे कर इतों, बाप वाली पार्किंग समझी इतने इन्होंने। ठीक है सर मैं देखता। आ भाई जी मोटरसाइकिल साइड ते करो, गाका दे आउंदा टाइम हुंदा ना, तुसी इत्थे पटूरियां दी रेड़ी लाउणी है। ओ नहीं जी नहीं, थां रुकदी आ। ओ यार ए थोड़े प्यो दी थां। ओ नहीं भाई जी, खंगूड़ा साहब ने मना किया। ते फिर खंगूड़ा साहब दे प्यो दी थां? प्यो तक नहीं जाना मोड़ साहब। पैंदा ओ कुत्ते वांगू। अच्छा तू मेरी विरोधी धिर दा केस लैके मेरे दादे तक जा सकदा है, ते मैं तेरे प्यो तक नहीं जा सकदा? मैं तां जाऊंगा ही, मेरा तां कम है। ए फिर मेरा भी कम ही समझ। आ लोकां दे दफ्तरां दे सामने बाइक खड़ाउणा? मेरी गल ध्यान नाल सुन लै, ज्यादा बक बक ना कर। इत्थों अपना स्पलेंडर जा लेके तित्तर हो जा, किते ए ना होवे स्पलेंडर दा कल्ला सिलेंसर ही रह जाए तेरे हथ च। मारदा बकवास। ओ तू ए शिंगारा सिंह मोड़ दा मोटरसाइकिल है, ए तां इत्थे ही खड़ू लाला जोर। हां यार चंदी यार, मैनू लगता है 8 बजे तक नहीं घर बन दी। कोई यार कुड़ी तो लगता पूरा शहर कमाऊगी। मुड़ गई कर लो घ्यो भांडा, इनू कहते मुला की दौड़ मसीह तक। बूटिया तो अपने घर बढ़ गई, हूं तो तेन मुड़न जी भलाई आ। हेलो इधर किधर चक्या मूह, पहला तू दफ्तर मूहरे डेरा लाई बैठा, हूं तू घर से भी कब्जा करेगा ना वकील साहब? मैं कहनू घर से कब्जा करना? दरअसल मैं वो अपने क्लाइंट का घर लभ रहा था। क्लाइंट नू बड़ा विजय मालिया का केस लड़ रहा तू, जा भज इतों चल। वाहेगुरु की कृपा नाल 40 प्लाट कटे सी, 30-35 तां हथों हाथी विक गए। आ 2-4 महीनों नू वेले हो जाना। बहुत बहुत वधाई होवे। ते थोड़े वास्ते तां मैं नुक्कर ते वड्डा प्लाट रख्या होया इक। मैं क्या जी तेजो मासी किवें ठग्गां नाल रली फिरदी है? एक मिनट हुणे पता करदा।
हेलो हेलो लवलीन हाँ जी वीर जी बेबे नाल गल करा जी बेबे वीर जी दा फोन है हेलो बेबे तेजो मासी किवें कचहरियां चलम ढिंग जे नाल रली फिरदी है ਕਿਤੇ ਤੁਹਾਡਾ ਉਹ ਕਲੋਨੀ ਕੋਲ ਜ਼ਮੀਨ ਹੈ ਜਿਹੜੀ ਉਹਦਾ ਚੱਕਰ ਤਾਂ ਨਹੀਂ ਉਹ ਜ਼ਮੀਨ ਦਾ ਕੀ ਕਰ ਲੂ ਨਾ ਤਾਂ ਮੇਰੇ ਹੀ ਹੈ ਉਹ ਬੇਬੇ ਤੈਨੂੰ ਨਹੀਂ ਪਤਾ ਤੇਰੇ ਵਰਗੀਆਂ ਬੁੜੀਆਂ ਦਾ ਸੁੱਤੀ ਪਈ ਦਾ ਗੂਠਾ ਲਵਾ ਕੇ ਲੈ ਜਾਂਦੀਆਂ ਨੇ ਸ਼ਾਇਦ ਤਾਂ ਲੱਗੀ ਨਹੀਂ ਉਹ ਬੇਬੇ ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਗੂਠਾ ਹੀ ਕੱਟ ਕੇ ਲੈ ਜੇ ਤੁਸੀਂ ਜਿਉਂਦੇ ਜਾਗਦੇ ਸਹੀ ਥਾਂ ਤੇ ਗੂਠਾ ਲਾ ਜਾਓ ਤੁਸੀਂ ਐਂ ਕਰੋ ਤੁਸੀਂ ਮੇਰੇ ਦਫ਼ਤਰ ਆਓ ਛੇਤੀ ਚੰਗਾ ਚੱਲ ਪੁੱਤ ਤਿਆਰ ਹੋ ਤੂੰ ਚੱਲੀਏ ਆਪਾਂ ਜੀ ਬੇਬੇ ਦੱਸਦਾ ਇਹਨਾਂ ਨੂੰ ਸਲਾਹ ਤਾਂ ਬੇਬੇ ਅਣਜਾਣ ਬੰਦੇ ਨੂੰ ਦਿੱਤੀ ਜਾਂਦੀ ਹੈ ਤੁਸੀਂ ਤਾਂ ਮੇਰੇ ਆਪਣੇ ਹੋ ਨਾਲੇ ਮੈਨੂੰ ਤਾਂ ਤੁਹਾਡੀ ਗੱਲ ਪਹਿਲਾਂ ਹੀ ਜੱਜ ਗਈ ਸੀ ਵੀ ਨਵੀਂ ਦਾ ਵਿਆਹ ਕਰਨਾ ਇਹਨੂੰ ਚਾੜੋ ਪੱਟੇ ਤੇ ਜੇ ਕਹੋ ਤਾਂ ਮੈਂ ਦੇਖਾਂ ਕੋਈ ਰਿਸ਼ਤਾ ਹਾਂ ਹਾਂ ਦੇਖ ਕੋਈ ਲਵਲੀਨ ਵਰਗੀ ਕੁੜੀ ਲੈ ਅਗੇ ਕੁੱਛੜ ਕੁੜੀ ਗਰਾ ਹੋਕਾ ਆਪਣੀ ਹਰਲੀਨ ਜੋ ਹੈ ਨਾਲੇ ਦੋਨੇ ਭੈਣਾਂ ਇੱਕੋ ਘਰ ਚ ਹੋਣਗੀਆਂ ਤੈਨੂੰ ਪਤਾ ਜਦੋਂ ਨਵੀਂ ਆਉਂਦੇ ਨਾ ਤਾਂ ਹਰਲੀਨ ਘਰ ਦੇ ਚੱਕਰ ਕੱਢਦੀ ਰਹਿੰਦੀ ਓ ਬੇਬੇ ਲੈ ਮੇਰੇ ਉਹੀ ਠੀਕਰਾ ਮੁੱਦਾ ਵੱਜਿਆ ਹੋਇਆ ਸੀ ਅਕਲ ਤੇ ਮੇਰੇ ਯਾਦ ਚੇਤੇ ਨਹੀਂ ਸੀ ਓ ਛੋਟੂ ਲਿਆ ਵੀ ਕਰਾਮ ਹੂੰ ਮਿੱਠਾ ਬੇਬੇ ਦਾ ਲਿਆ ਭਾਈ ਉਹ ਕੋਈ ਬਿਸਕੁਟ ਵਗੈਰਾ ਹੀ ਦੇਖ ਲੈ ਹੋਰ ਤਾਂ ਕੁਛ ਹੈ ਨਹੀਂ ਜੀ ਆ ਸ਼ੂਗਰ ਫਰੀ ਦੀਆਂ ਗੋਲੀਆਂ ਨੇ ਲੈ ਬਸ ਇਹੀ ਲੈ ਇਹਦੇ ਨਾਲ ਹੀ ਕਰਾ ਦੇ ਮੂੰਹ ਮਿੱਠਾ ਆ ਚੈੱਕ ਕਰ ਲੈ ਗੋਲੀਆਂ ਨੇ ਸ਼ੂਗਰ ਫਰੀ ਦੀਆਂ ਗੋਲੀਆਂ ਨਾਲ ਹੀ ਮੂੰਹ ਮਿੱਠਾ ਕਰਾ ਲੈ ਯਾਰ ਵਧੀਆ ਵਧੀਆ ਕਮੇਡੀ ਅੱਛਾ ਨਿਰਮਲ ਰਿਸ਼ੀ ਜੀ ਹੋਣੇ ਹੋ ਗਏ ਨਾ ਮੈਂ ਕਹਿੰਦਾ ਅੱਲਾ ਇਹਨਾਂ ਨੂੰ ਲੰਮੀ ਉਮਰ ਦੇਵੇ ਮੈਂ ਕਹਿੰਦਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜੇ ਆਨ ਸ਼ਾਨ ਕੋਈ ਰੋਬ ਵਾਲੀ ਪਰਸਨੈਲਿਟੀ ਹੈ ਨਾ ਤੇ ਉਹ ਨਿਰਮਲ ਰਿਸ਼ੀ ਜੀ ਹੋਣੇ ਨੇ ਇਹਨਾਂ ਤੋਂ ਬਗੈਰ ਲੜਾਈਆਂ ਲੜੀਆਂ ਵੀ ਪਾਉਂਦੀ ਚਾਚੀ ਫੱਬੇ ਕੁੱਟਣੀ ਬਾਕੀ ਵਧੀਆ ਕਮੇਡੀ ਹਰਬੀ ਸੰਘਾ ਹੋਵੇ ਕਰਮਜੀਤ ਅਨਮੋਲ ਹੋਵੇ ਤੇ ਮਤਲਬ ਕਮੇਡੀ ਨਾ ਹੋਵੇ ਤੇ ਕਿਤੇ ਹੋ ਹੀ ਨਹੀਂ ਸਕਦਾ ਬਹੁਤ ਵਧੀਆ ਸੀ ਕਿੱਦਾਂ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਲੱਗਾ ਇਹ ਮੂਵੀ ਨਹੀਂ ਸਮਝ ਚ ਆ ਰਹੀ ਸੀ ਦੇਖੀ ਹਾਂ ਇਹ ਫਿਲਮ ਨਹੀਂ ਵੇਖੀ ਹੋਈ ਜਿਹਦਾ ਨਾਮ ਦੱਸਿਓ ਜ਼ਰਾ ਆ ਫਿਲਮ ਨਾਮ ਸੀਨ ਵੇਖੇ ਨੇ ਮੈਂ ਪਹਿਲੀ ਵਾਰੀ ਵੇਖਣੇ ਆ ਜੀ ਇਹ ਫਿਲਮ ਵੇਖੀ ਨਹੀਂ ਹੋਈ ਕਿ ਮਤਲਬ ਕਿਹੜੀ ਹੈ ਇਸ ਕਰਕੇ ਇਹਨੂੰ ਵੇਖਾਂਗੇ ਜ਼ਰੂਰ ਆਪਾਂ ਪੂਰੀ ਇਸ ਤੋਂ ਇੰਟਰਸਟਿੰਗ ਸਾਨੂੰ ਜ਼ਿਆਦਾ ਲੱਗਣ ਦੀ ਸੀ ਕਿਉਂਕਿ ਆਪਾਂ ਪਹਿਲੇ ਵੇਖੇ ਨਹੀਂ ਸਾਨੂੰ ਵੇਖੇ ਨਹੀਂ ਸੀ ਤੇ ਹੁਣ ਫਿਲਮ ਪੂਰੀ ਵੇਖ ਲਾਂਗੇ ਆਪਾਂ ਤੇ ਜੀ ਨਾ ਕਮੈਂਟ ਕਰ ਦਿਓ ਮਿਲਦੇ ਆ ਫਿਰ ਅਗਲੇ ਵੀਡੀਓ ਚ ਰੱਖੋ ਆਪਣਾ ਖਿਆਲ ਗੁੱਡ ਬਾਏ ਅੱਲਾ ਹਾਫਿਜ਼